ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਦੇ ਉੱਤੇ ਦਿਨ ਦਿਹਾੜੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦਈਏ ਕਿ ਇੱਕ ਲੜਕੀ ਦੀ ਦਲੇਰੀ ਨੇ ਇਹਨਾਂ ਲੁਟੇਰਿਆਂ ਦੀ ਸਾਰੀ ਸਾਜ਼ਿਸ਼ ਦੇ ਉੱਤੇ ਪਾਣੀ ਫੇਰ ਦਿੱਤਾ ਹੈ। ਦਰਅਸਲ ਘਟਨਾ ਸਾਰੀ ਹੀ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਮਨੀ ਐਕਸਚੇਂਜਰ ਦੀ ਦੁਕਾਨ ਦੇ ਵਿੱਚ ਜਦੋਂ ਕੁਝ ਤੇਜ਼ ਧਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਮੂੰਹ ਢੱਕ ਕੇ ਕੱਪੜਿਆਂ ਦੇ ਨਾਲ ਇਹ ਲੁਟੇਰੇ ਵੜਦੇ ਨੇ, ਤਾਂ ਅੰਦਰ ਵੜਦੇ ਸਾਰ ਹੀ ਪਹਿਲਾਂ ਜੋ ਕਾਊਂਟਰ ਦੇ ਉੱਤੇ ਇੱਕ ਔਰਤ ਬੈਠੀ ਹੁੰਦੀ ਆ ਉਸਨੂੰ ਧਮਕਾਇਆ ਜਾਂਦਾ ਹੈ। ਪਰ ਜਦੇ ਹੀ ਪਿੱਛੋਂ ਇੱਕ ਹੋਰ ਲੜਕੀ ਇਸ ਐਕਸਚੇਂਜਰ ਦੀ ਦੁਕਾਨ ਦੇ ਵਿੱਚ ਦਾਖਲ ਹੁੰਦੀ ਆ ਤਾਂ ਜਿਸ ਨੂੰ ਪਕੜਦੇ ਸਮੇਂ ਦੱਸਿਆ ਜਾ ਰਿਹਾ ਕਿ ਉਹ ਲੜਕੀ ਉਹਨਾਂ ਦੇ ਹੱਥੋਂ ਛੁੱਟ ਕੇ ਬਾਹਰ ਨਿਕਲ ਜਾਂਦੀ ਹੈ ਅਤੇ ਬਾਹਰ ਜਾ ਕੇ ਉਸਦੇ ਵੱਲੋਂ ਸ਼ੋਰ ਮਚਾ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਜੋ ਲੁਟੇਰੇ ਸੀ ਉਹ ਹਥਿਆਰਾਂ ਨੂੰ ਦੁਬਾਰਾ ਤੋਂ ਲੁਕੋ ਕੇ ਬਾਹਰ ਨੂੰ ਭੱਜਦੇ ਨੇ ਅਤੇ ਫਿਰ ਅੱਗੇ ਜਾ ਕੇ ਉਹਨਾਂ ਦੇ ਵੱਲੋਂ ਜੋ ਐਕਟਿਵਾ ਹੁੰਦੀ ਆ ਆਪਣੀ ਖੜੀ ਕੀਤੀ ਵੀ ਉਸਦੇ ਉੱਤੇ ਫਰਾਰ ਹੋ ਜਾਂਦੇ ਨੇ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮਨੀ ਐਕਸਚੇਂਜਰ ਦੀ ਦੁਕਾਨ 'ਤੇ ਅੱਜ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਪਰ ਇੱਕ ਕੁੜੀ ਦੀ ਦਲੇਰੀ ਨੇ ਇਹਨਾਂ ਲੁਟੇਰਿਆਂ ਦੀ ਆਸਾਂ 'ਤੇ ਪਾਣੀ ਫੇਰ ਦਿੱਤਾ। ਦੱਸ ਦਈਏ ਕਿ ਜਿਸ ਸਮੇਂ ਇਹ ਲੁਟੇਰੇ ਦੁਕਾਨ 'ਚ ਵੜੇ ਤਾਂ ਉਸ ਸਮੇਂ ਕੁਝ ਗਾਹਕ ਵੀ ਉੱਥੇ ਬੈਠੇ ਸੀ, ਉਹ ਵੀ ਇੱਕ ਵਾਰ ਤਾਂ ਇਹਨਾਂ ਨੂੰ ਦੇਖ ਕੇ ਡਰ ਜਾਂਦੇ ਨੇ। ਪਰ ਜਿਵੇਂ ਹੀ ਲੜਕੀ ਪਿੱਛੋਂ ਐਂਟਰ ਹੁੰਦੀ ਹੈ ਤਾਂ ਉਸਦੇ ਵੱਲੋਂ ਬਾਹਰ ਭੱਜਦੇ ਸਮੇਂ ਸ਼ੋਰ ਮਚਾਇਆ ਜਾਂਦਾ, ਜਿਸ ਤੋਂ ਬਾਅਦ ਕੁਝ ਲੋਕ ਉੱਥੇ ਇਕੱਠੇ ਹੋ ਜਾਂਦੇ ਨੇ ਅਤੇ ਲੁਟੇਰਿਆਂ ਨੂੰ ਉੱਥੋਂ ਭੱਜਣਾ ਪੈਂਦਾ। ਲੁਧਿਆਣਾ ਦੇ ਸਮਰਾਲਾ ਚੌਂਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਫਿਲਹਾਲ ਹੁਣ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਤਿੰਨ ਲੁਟੇਰੇ ਇੱਕ ਤੋਂ ਬਾਅਦ ਇੱਕ ਕਰਕੇ ਅੰਦਰ ਦਾਖਲ ਹੁੰਦੇ ਨੇ ਅਤੇ ਲੁੱਟ ਦੀ ਵਾਰਦਾਤ ਨੂੰ ਜਿਵੇਂ ਹੀ ਅੰਜਾਮ ਦੇਣ ਲੱਗਦੇ ਨੇ ਪਰ ਇਹਨਾਂ ਦੀ ਸਾਰੀ ਹੀ ਜੋ ਸਾਜ਼ਿਸ਼ ਹੁੰਦੀ ਹੈ ਉਹ ਬਿਲਕੁਲ ਹੀ ਫੇਲ ਹੋ ਜਾਂਦੀ ਹੈ। ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਆਏ ਦਿਨ ਲੁੱਟ ਖੋਹ ਦੇ ਮਾਮਲੇ ਸਾਹਮਣੇ ਆ ਰਹੇ ਨੇ ਪਰ ਇੱਕ ਵਾਰ ਫਿਰ ਤੋਂ ਦਿਨ ਦਿਹਾੜੇ ਸਵੇਰੇ ਸਵੇਰੇ ਹੀ ਅਜਿਹੀ ਲੁੱਟ ਦੀ ਵਾਰਦਾਤ ਦਾ ਹੋ ਜਾਣਾ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ। ਇੱਕ ਵੈਸਟਰਨ ਯੂਨੀਅਨ ਦੀ ਦੁਕਾਨ ਦੇ ਉੱਤੇ ਦਿਨ ਦਿਹਾੜੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦਈਏ ਕਿ ਇੱਕ ਲੜਕੀ ਦੀ ਦਲੇਰੀ ਨੇ ਇਹਨਾਂ ਲੁਟੇਰਿਆਂ ਦੀ ਸਾਰੀ ਸਾਜ਼ਿਸ਼ ਦੇ ਉੱਤੇ ਪਾਣੀ ਫੇਰ ਦਿੱਤਾ ਹੈ। ਦਰਅਸਲ ਘਟਨਾ ਸਾਰੀ ਹੀ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਮਨੀ ਐਕਸਚੇਂਜਰ ਦੀ ਦੁਕਾਨ ਦੇ ਵਿੱਚ ਜਦੋਂ ਕੁਝ ਤੇਜ਼ ਧਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਮੂੰਹ ਢੱਕ ਕੇ ਕੱਪੜਿਆਂ ਦੇ ਨਾਲ ਇਹ ਲੁਟੇਰੇ ਵੜਦੇ ਨੇ, ਤਾਂ ਅੰਦਰ ਵੜਦੇ ਸਾਰ ਹੀ ਪਹਿਲਾਂ ਜੋ ਕਾਊਂਟਰ ਦੇ ਉੱਤੇ ਇੱਕ ਔਰਤ ਬੈਠੀ ਹੁੰਦੀ ਆ ਉਸਨੂੰ ਧਮਕਾਇਆ ਜਾਂਦਾ ਹੈ। ਪਰ ਜਦੇ ਹੀ ਪਿੱਛੋਂ ਇੱਕ ਹੋਰ ਲੜਕੀ ਇਸ ਐਕਸਚੇਂਜਰ ਦੀ ਦੁਕਾਨ ਦੇ ਵਿੱਚ ਦਾਖਲ ਹੁੰਦੀ ਆ ਤਾਂ ਜਿਸ ਨੂੰ ਪਕੜਦੇ ਸਮੇਂ ਦੱਸਿਆ ਜਾ ਰਿਹਾ ਕਿ ਉਹ ਲੜਕੀ ਉਹਨਾਂ ਦੇ ਹੱਥੋਂ ਛੁੱਟ ਕੇ ਬਾਹਰ ਨਿਕਲ ਜਾਂਦੀ ਹੈ ਅਤੇ ਬਾਹਰ ਜਾ ਕੇ ਉਸਦੇ ਵੱਲੋਂ ਸ਼ੋਰ ਮਚਾ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਜੋ ਲੁਟੇਰੇ ਸੀ ਉਹ ਹਥਿਆਰਾਂ ਨੂੰ ਦੁਬਾਰਾ ਤੋਂ ਲੁਕੋ ਕੇ ਬਾਹਰ ਨੂੰ ਭੱਜਦੇ ਨੇ ਅਤੇ ਫਿਰ ਅੱਗੇ ਜਾ ਕੇ ਉਹਨਾਂ ਦੇ ਵੱਲੋਂ ਜੋ ਐਕਟਿਵਾ ਹੁੰਦੀ ਆ ਆਪਣੀ ਖੜੀ ਕੀਤੀ ਵੀ ਉਸਦੇ ਉੱਤੇ ਫਰਾਰ ਹੋ ਜਾਂਦੇ ਨੇ। ਤਾਂ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮਨੀ ਐਕਸਚੇਂਜਰ ਦੀ ਦੁਕਾਨ 'ਤੇ ਅੱਜ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਪਰ ਇੱਕ ਕੁੜੀ ਦੀ ਦਲੇਰੀ ਨੇ ਇਹਨਾਂ ਲੁਟੇਰਿਆਂ ਦੀ ਆਸਾਂ 'ਤੇ ਪਾਣੀ ਫੇਰ ਦਿੱਤਾ। ਦੱਸ ਦਈਏ ਕਿ ਜਿਸ ਸਮੇਂ ਇਹ ਲੁਟੇਰੇ ਦੁਕਾਨ 'ਚ ਵੜੇ ਤਾਂ ਉਸ ਸਮੇਂ ਕੁਝ ਗਾਹਕ ਵੀ ਉੱਥੇ ਬੈਠੇ ਸੀ, ਉਹ ਵੀ ਇੱਕ ਵਾਰ ਤਾਂ ਇਹਨਾਂ ਨੂੰ ਦੇਖ ਕੇ ਡਰ ਜਾਂਦੇ ਨੇ। ਪਰ ਜਿਵੇਂ ਹੀ ਲੜਕੀ ਪਿੱਛੋਂ ਐਂਟਰ ਹੁੰਦੀ ਹੈ ਤਾਂ ਉਸਦੇ ਵੱਲੋਂ ਬਾਹਰ ਭੱਜਦੇ ਸਮੇਂ ਸ਼ੋਰ ਮਚਾਇਆ ਜਾਂਦਾ, ਜਿਸ ਤੋਂ ਬਾਅਦ ਕੁਝ ਲੋਕ ਉੱਥੇ ਇਕੱਠੇ ਹੋ ਜਾਂਦੇ ਨੇ ਅਤੇ ਲੁਟੇਰਿਆਂ ਨੂੰ ਉੱਥੋਂ ਭੱਜਣਾ ਪੈਂਦਾ। ਲੁਧਿਆਣਾ ਦੇ ਸਮਰਾਲਾ ਚੌਂਕ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਫਿਲਹਾਲ ਹੁਣ ਮੌਕੇ 'ਤੇ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਤਿੰਨ ਲੁਟੇਰੇ ਇੱਕ ਤੋਂ ਬਾਅਦ ਇੱਕ ਕਰਕੇ ਅੰਦਰ ਦਾਖਲ ਹੁੰਦੇ ਨੇ ਅਤੇ ਲੁੱਟ ਦੀ ਵਾਰਦਾਤ ਨੂੰ ਜਿਵੇਂ ਹੀ ਅੰਜਾਮ ਦੇਣ ਲੱਗਦੇ ਨੇ ਪਰ ਇਹਨਾਂ ਦੀ ਸਾਰੀ ਹੀ ਜੋ ਸਾਜ਼ਿਸ਼ ਹੁੰਦੀ ਹੈ ਉਹ ਬਿਲਕੁਲ ਹੀ ਫੇਲ ਹੋ ਜਾਂਦੀ ਹੈ। ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਆਏ ਦਿਨ ਲੁੱਟ ਖੋਹ ਦੇ ਮਾਮਲੇ ਸਾਹਮਣੇ ਆ ਰਹੇ ਨੇ ਪਰ ਇੱਕ ਵਾਰ ਫਿਰ ਤੋਂ ਦਿਨ ਦਿਹਾੜੇ ਸਵੇਰੇ ਸਵੇਰੇ ਹੀ ਅਜਿਹੀ ਲੁੱਟ ਦੀ ਵਾਰਦਾਤ ਦਾ ਹੋ ਜਾਣਾ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ।